स्टूडेंट्स दस मुहर्रम बड़ा बाबरकत दिन है इस दिन नाल कई तारीख वाबस्ता ने अल्लाह ताला दे बाप पैगंबर हजरत मोहम्मद मुस्तफा सल्लल्लाहु अलैहि वसल्लम आप दे नवासे हजरत इमाम हुसैन करम अल्लाहु वजहु आप दी शहादत मुबारक ਤੇ ਉਸ حوالے ਨਾਲ ਅਸੀਂ ਦਿਲ ਵਿੱਚ ਦੁਆ ਕਰਾਂਗੇ ਉਹਤੇ ਜਨਤਾ 'ਚ ਵੱਡੇ ਘਰ ਬਣਾ ਗਏ ਬਲਕਿ ਜਨਤਾ ਦੇ ਉਹ ਸ਼ਹਿਜ਼ਾਦੇ ਨੇ ਜੀ ਜਨਤਾ ਹੈ ਹੀ ਮਾਸ਼ਾਅੱਲਾ ਉਹਨਾਂ ਦੀਆਂ ਨੇ ਅੱਲਾਹ ਤਾਲਾ ਦੀ ਦੇਣ ਹੈ ਤੇ ਅਸੀਂ ਆਪਣੀ ਬਿਹਤਰੀ ਵਾਸਤੇ ਦੁਨੀਆ ਆਖਰਤ ਦੀ ਕਾਮਯਾਬੀ ਵਾਸਤੇ ਵੀ ਦੁਆ ਨਾਲ ਕਰਾਂਗੇ ਅੱਲਾਹ ਤਾਲਾ ਉਹਨਾਂ ਦੇ صدਕੇ ਦੇ ਨਾਲ ਸਾਡੇ ਤੇ ਵੀ ਕਰਮ ਕਰੇ ਲੋ ਜੀ ਅਸੀਂ ਤਕਰੀਬਨ 1 ਮਿੰਟ ਖਾਮੋਸ਼ ਰਵਾਂਗੇ ਤੇ ਦਿਲ ਵਿੱਚ ਦੁਆ ਵੀ ਕਰਾਂਗੇ ਔਰ ਇਮਾਮ ਜ਼ਾਦਿਆਂ ਨੂੰ ਦਿਲ ਵਿੱਚ ਨਾਲ ਸੋਚਾਂਗੇ ਇਨਸ਼ਾ ਅੱਲਾ ਜਜ਼ਾਕ ਅੱਲਾ ਦੇਖੋ ਹਰ ਇਨਸਾਨ ਦੁਨੀਆ ਤੇ ਆਜ਼ੀ ਹੈ ਸ਼ਹਾਦਤ ਇੱਕ ਬਹੁਤ بڑا ਰਤਬਾ ਹੈ ਹਰ ਇਨਸਾਨ ਨੇ ਜਾਣਾ ਹੀ ਹੈ ਅੱਲਾਹ ਤਾਲਾ ਉਹਨਾਂ ਉਹਨਾਂ ਨਾਲ ਐਕਸਟਰਾ ਪਿਆਰ ਸੀ ਇਮਾਮ ਹੁਸੈਨ ਰਜ਼ੀ ਅੱਲਾਹ ਅਨਹੁ ਆਪ ਦੀ ਮੁਬਾਰਕ ਫੈਮਿਲੀ ਕਿ ਅੱਲਾਹ ਤਾਲਾ ਨੇ ਉਹਨਾਂ ਨੂੰ ਇਹ ਬੜਾ ਰਤਬਾ ਦਿੱਤਾ ਇਮਾਮ ਹੁਸੈਨ ਰਜ਼ੀ ਅੱਲਾਹ ਅਨਹੁ ਇੱਕ ਪੇਗਾਮ ਦੇ ਕੇ ਗਏ ਨੇ ਕਿ ਲੋਕੋ ਹੱਕ ਦਾ ਸਾਥ ਨਹੀਂ ਛੱਡਣਾ ਗੱਲ ਕਰਨੀ ਹੈ ਸੱਚੀ ਮਾਮਲਾ ਕਰਨਾ ਹੈ ਸੱਚਾ ਜਾਨ ਦੀ ਪਰਵਾਹ ਨਹੀਂ ਕਰਨੀ ਮਾਲ ਦੀ ਪਰਵਾਹ ਨਹੀਂ ਕਰਨੀ इवन ਔਲਾਦ ਦੀ ਪਰਵਾਹ ਵੀ ਨਹੀਂ ਕਰਨੀ ਕਦੀ ਵੀ ਬਾਤਲ ਦੇ ਨਾਲ ਸੌਦੇਬਾਜ਼ੀ ਵੀ ਨਹੀਂ ਕਰਨੀ ਅੱਲਾਹ ਤਾਲਾ ਉਹਨਾਂ ਨੂੰ ਅਗਲੇ ਜਹਾਨਾ ਦੇ ਵਿੱਚ ਵੱਡੀਆਂ ਤੋਂ ਵੱਡੀਆਂ ਸਰਦਾਰੀਆਂ عطا فرمਾਏ ਅਤੇ ਸਾਨੂੰ ਵੀ ਅੱਲਾਹ ਤਾਲਾ ਆਮੀਨ ਉਹਨਾਂ ਦੀਆਂ ਜ਼ਿਆਰਤਾਂ ਅਗਲੇ ਦੁਨੀਆ ਵਿੱਚ ਅਸੀ ਫਰਮਾਏ ਉਹਨਾਂ ਦੇ ਨਿਸ਼ਕ ਕਦਮ ਚੱਲਣ ਦੀ ਤੋਫੀਕ عطا فرمਾਏ 10 ਮੁਹਰਮ ਦਾ ਬੜਾ ਬਾਰਕ ਦਿਨ ਹੈ ਔਰ ਅਸੀਂ ਇਸ ਦਿਨ ਵਿੱਚ ਇਹ ਵੀ ਦੁਆ ਕਰਨੇ ਆ ਉਹਨਾਂ ਪਾਕਾਂ ਦੇ ਸਦਕੇ ਇਮਾਮ ਹੁਸੈਨ ਆਪ ਦੀ ਮੁਬਾਰਕ ਆਲ ਔਲਾਦ ਦੇ ਸਦਕੇ ਅੱਲਾਹ ਤਾਲਾ ਸਾਡੇ ਦੁੱਖ ਦੂਰ ਫਰਮਾਏ ਔਰ ਜਿਹੜੇ ਮੇਰੇ ਭਾਈ ਪਰਦੇਸੀ ਭਾਈ ਪੈਣਾ ਬੈਠੀਆਂ ਨੇ ਅੱਲਾਹ ਤਾਲਾ ਇਹਨਾਂ ਨੂੰ ਆਸਾਨੀਆਂ ਦੇ ਔਰ ਪਤੈਂਤੇ ਦੀ ਪੜਾਈ ਲਾਇਸੈਂਸ ਦੀ ਪੜਾਈ ਵਿੱਚ ਆਸਾਨੀ عطا ਫਰਮਾਏ ਔਰ ਇਹ ਸਾਰੇ ਸਭ ਨੀਅਤ ਕਰੋ ਇਮਾਮ ਹੁਸੈਨ ਕਰਮ ਅੱਲਾ ਵਜਹੁ ਰਜ਼ੀ ਅੱਲਾਹ ਅਨਹੁ ਆਪ ਦੇ ਨਕਸ਼ੇ ਕਦਮ ਵਿੱਚ ਚੱਲਣ ਵਿੱਚ ਸਭ ਤੋਂ ਬੜੀ ਗੱਲ ਕਿ ਨਾ ਝੂਠ ਬੋਲਣਾ ਨਾ ਝੂਠ ਨੂੰ ਬਰਦਾਸ਼ਤ ਕਰਨਾ ਨਾ ਬਾਤਲ ਦਾ ਸਾਥ ਦੇਣਾ ਔਰ ਹੱਕ ਦਾ ਸਾਥ ਦੇਣਾ